ਦੱਸਾਂਗਾ, ਮੈਂ ਕਬੱਡੀ ਖੇਡਦਾ, ਕਬੱਡੀ ਖੇਡਣ ਦੇ ਨਾਲ ਮੇਰਾ ਮੋਢਾ ਜਿਹੜਾ ਉੱਤਰ ਜਾਂਦਾ ਸੀਗਾ, 6 ਵਾਰ ਉੱਤਰ ਚੁੱਕਿਆ ਮੇਰਾ ਮੋਢਾ। ਮੈਂ ਉਸ ਤੋਂ ਬਾਅਦ MRI ਕਰਵਾਈ, MRI 'ਚ ਮੈਂ ਡਾਕਟਰ ਵਿਵੇਕ ਬਾਂਸਲ ਨੂੰ MRI ਦਿਖਾਈ, ਉਹਨਾਂ ਨੇ ਆਪਰੇਸ਼ਨ ਵਾਸਤੇ ਕਿਹਾ, ਫਿਰ ਮੈਂ ਆਪਣੇ ਘਰ ਜਾਣਾ ਰਾਇ ਕਰਕੇ ਆਪਰੇਸ਼ਨ ਕਰਵਾਇਆ। ਆਪਰੇਸ਼ਨ ਲਟਾਰਜੇ ਆਪਰੇਸ਼ਨ ਕੀਤਾ ਡਾਕਟਰ ਸਾਹਿਬ ਨੇ। ਇਸ ਟਾਈਮ ਮੇਰੇ ਆਪਰੇਸ਼ਨ ਨੂੰ 6 ਮਹੀਨੇ ਹੋ ਗਏ ਅਤੇ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਜਿੰਮ ਲਾਉਣਾ, ਐਕਸਰਸਾਈਜ਼ ਕਰਦਾ, ਖੇਡਦਾ ਵੀ ਹਾਂ। ਬਾਹਰ ਨੂੰ ਪਿੱਛੇ ਲੈ ਕੇ ਜਾਓ।